ज्ञानी जमात की किताब लाजमी पंजाबी चो सब स्वरी की कथा पढ़ांगे। तां शुरू करते हैं। एक राजे दे तीन पुत्र सन। दो पुत्र व्याहे हुए सन पर तीजा पुत्र कुआरा सी जिसका नाम मीरजादा सी। मीरजादे दी इक भरजाई चाहुंदी सी कि मीरजादा उसकी भैन नाल व्याह कर लवे पर ओह मनदा नहीं सी। एक दिन भरजाई ने मेरा मार दिया कहा जा वेखांगी जो तू कोई सब्ज परी व्याह के लियावेगा। इस ते मीरजादा भी औखा होके कहन लगा मैं हुण सब्ज परी नाल ही व्याह करवावांगा। उस वेले मीरजादा घोड़े उत्ते बैठ के सब्ज परी लभण चल पिया। चलदिया चलदिया वह एक संघने जंगल विच पहुंच गया। उत्थे वह एक रुख हेठा आराम करन लगा। अचानक उसनू एक वड्डे सप्प दे फुंकारे की आवाज़ आई। ਉਹ ਸੱਪ ਮੀਰਜ਼ਾਦੇ ਨੂੰ ਅਜੇ ਡੰਗਣ ਹੀ ਲੱਗਾ ਸੀ ਕਿ ਮੀਰਜ਼ਾਦੇ ਨੇ ਆਪਣੀ ਤਲਵਾਰ ਨਾਲ ਉਸਦੇ ਟੁਕੜੇ ਟੁਕੜੇ ਕਰ ਦਿੱਤੇ। ਉਸ ਰੁੱਖ ਉੱਤੇ ਇੱਕ ਹੰਸ ਤੇ ਹੰਸਣੀ ਰਹਿੰਦੇ ਸਨ। ਉਹ ਸੱਪ ਉਹਨਾਂ ਦੇ ਬੱਚਿਆਂ ਨੂੰ ਮਾਰ ਕੇ ਖਾ ਜਾਂਦਾ ਸੀ। ਜਦੋਂ ਹੰਸ ਤੇ ਹੰਸਣੀ ਨੇ ਮੀਰਜ਼ਾਦੇ ਹੱਥੋਂ ਸੱਪ ਨੂੰ ਮਰਦਿਆਂ ਵੇਖਿਆ ਤਾਂ ਉਹਨਾਂ ਨੂੰ ਸੁੱਖ ਦਾ ਸਾਹ ਆਇਆ। ਉਹਨਾਂ ਮੀਰਜ਼ਾਦੇ ਨੂੰ ਕਿਹਾ ਹੇ ਭਲੇ ਪੁਰਸ਼ ਤੂੰ ਸਾਡੇ ਉੱਤੇ ਬੜਾ ਉਪਕਾਰ ਕੀਤਾ ਹੈ ਸਾਨੂੰ ਦੱਸ ਅਸੀਂ ਤੇਰੀ ਕੀ ਮਦਦ ਕਰੀਏ। ਮੀਰਜ਼ਾਦੇ ਨੇ ਸਬਜ਼ ਪਰੀ ਨਾਲ ਵਿਆਹ ਕਰਵਾਉਣ ਵਾਲੀ ਗੱਲ ਹੰਸ ਜੋੜੀ ਨੂੰ ਦੱਸੀ। ਹੰਸ ਤੇ ਹੰਸਣੀ ਨੂੰ ਸਬਜ਼ ਪਰੀ ਦੇ ਦੇਸ਼ ਦਾ ਪਤਾ ਸੀ। ਉਹ ਕਈ ਵਾਰ ਉੱਡਦਿਆਂ ਉੱਡਦਿਆਂ ਉਤਰ ਗਏ ਸਨ। ਹੰਸ ਨੇ ਕਿਹਾ ਮੈਂ ਤੈਨੂੰ ਆਪਣੇ ਖੰਭਾਂ ਉੱਤੇ ਬਿਠਾ ਕੇ ਸਬਜ਼ ਪਰੀ ਦੇ ਦੇਸ਼ ਲੈ ਜਾਵਾਂਗਾ। ਅਗਲੇ ਦਿਨ ਹੰਸ ਮੀਰਜ਼ਾਦੇ ਨੂੰ ਆਪਣੇ ਖੰਭਾਂ 'ਤੇ ਬਿਠਾ ਕੇ ਉੱਡ ਪਿਆ। ਪੰਧ ਬੜਾ ਲੰਬਾ ਸੀ। ਰਾਹ ਵਿੱਚ ਅਨੇਕਾਂ ਸਮੁੰਦਰ ਅਤੇ ਪਹਾੜ ਆਏ। ਉਹ ਕਈ ਦਿਨ ਉੱਡਦਾ ਰਿਹਾ। ਅਖੀਰ ਉਹ ਸਬਜ਼ ਪਰੀ ਦੇ ਦੇਸ਼ ਪੁੱਜ ਗਏ। ਹੰਸ ਨੇ ਮੀਰਜ਼ਾਦੇ ਨੂੰ ਇੱਕ ਰੁੱਖ ਹੇਠਾਂ ਆਰਾਮ ਕਰਨ ਲਈ ਉਤਾਰ ਦਿੱਤਾ। ਆਪ ਉਹ ਉੱਡ ਉੱਡ ਕੇ ਆਸੇ ਪਾਸੇ ਵੇਖਣ ਲੱਗਾ। ਉਸਨੇ ਵੇਖਿਆ ਕਿ ਇੱਕ ਨਦੀ ਵਿੱਚ ਪਰੀਆਂ ਨਹਾ ਰਹੀਆਂ ਸਨ ਅਤੇ ਉਹਨਾਂ ਦੇ ਖੰਭ ਕਿਨਾਰੇ 'ਤੇ ਪਏ ਸਨ। ਹੰਸ ਉੱਡ ਕੇ ਇੱਕਦਮ ਮੀਰਜ਼ਾਦੇ ਕੋਲ ਪੁੱਜਾ। ਉਸਨੇ ਮੀਰਜ਼ਾਦੇ ਨੂੰ ਕਿਹਾ ਸਬਜ਼ ਪਰੀ ਦੇ ਮਹਿਲ ਤੱਕ ਇਹ ਪਰੀਆਂ ਹੀ ਪਹੁੰਚਾ ਸਕਦੀਆਂ ਨੇ ਪਰ ਉਹ ਐਵੇਂ ਨਹੀਂ ਮੰਨਣਗੀਆਂ। ਤੂੰ ਦਰਿਆ ਦੇ ਕੰਢੇ ਤੋਂ ਉਹਨਾਂ ਦੇ ਖੰਭ ਚੁੱਕ ਲਵੀਂ। ਫਿਰ ਉਹਨਾਂ ਨੂੰ ਆਪਾਂ ਸ਼ਰਤ 'ਤੇ ਖੰਭ ਵਾਪਸ ਦੇਵਾਂਗੇ ਕਿ ਉਹ ਸਬਜ਼ ਪਰੀ ਨੂੰ ਤੇਰੇ ਨਾਲ ਵਿਆਹ ਕਰਵਾਉਣ ਲਈ ਮਨਾਉਣਗੀਆਂ। ਮੀਰਜ਼ਾਦੇ ਨੇ ਦਰਿਆ ਦੇ ਕੰਢੇ ਤੋਂ ਪਰੀਆਂ ਦੇ ਖੰਭ ਚੁੱਕ ਲਏ। ਜਦੋਂ ਪਰੀਆਂ ਨਹਾ ਕੇ ਬਾਹਰ ਆਈਆਂ ਤਾਂ ਆਪਣੇ ਖੰਭ ਉੱਤੇ ਨਾ ਵੇਖ ਕੇ ਬਹੁਤ ਪਰੇਸ਼ਾਨ ਹੋਈਆਂ। ਮੀਰਜ਼ਾਦੇ ਨੇ ਜੰਗਲ ਵਿੱਚੋਂ ਬਾਹਰ ਆ ਕੇ ਕਿਹਾ ਕਿ ਉਹਨਾਂ ਦੇ ਖੰਭ ਉਸ ਕੋਲ ਹਨ। ਉਹ ਖੰਭ ਵਾਪਸ ਤਾਂ ਕਰੇਗਾ ਜੇ ਸਬਜ਼ ਪਰੀ ਉਸ ਨਾਲ ਵਿਆਹ ਕਰਵਾਏਗੀ। ਮੀਰਜ਼ਾਦੇ ਨੇ ਇੱਕ ਪਰੀ ਦੇ ਖੰਭ ਵਾਪਸ ਕਰ ਦਿੱਤੇ। ਉਹ ਪਰੀ ਉੱਡ ਕੇ ਸਬਜ਼ ਪਰੀ ਕੋਲ ਗਈ। ਉਸਨੇ ਸਬਜ਼ ਪਰੀ ਨੂੰ ਜਾ ਕੇ ਸਾਰੀ ਗੱਲ ਦੱਸੀ। ਸਬਜ਼ ਪਰੀ ਬੜੀ ਹੈਰਾਨ ਹੋਈ ਕਿ ਇਤਨੀ ਦੂਰ ਤੱਕ ਕੋਈ ਲੜਕਾ ਕਿਵੇਂ ਆ ਗਿਆ। ਉਹ ਉਸੇ ਵੇਲੇ ਉਸ ਥਾਂ ਪਹੁੰਚੀ ਜਿੱਥੇ ਮੀਰਜ਼ਾਦਾ ਸੀ। ਉਸਨੇ ਜਦੋਂ ਸੋਹਣੇ ਅਤੇ ਸੁਨੱਖੇ ਮੀਰਜ਼ਾਦੇ ਨੂੰ ਵੇਖਿਆ ਤਾਂ ਉਸ ਨਾਲ ਵਿਆਹ ਕਰਵਾਉਣ ਲਈ ਤਿਆਰ ਹੋ ਗਈ। ਮੀਰਜ਼ਾਦੇ ਨੇ ਪਰੀਆਂ ਦੇ ਖੰਭ ਵਾਪਸ ਕਰ ਦਿੱਤੇ। ਸਬਜ਼ ਪਰੀ ਨੇ ਮੀਰਜ਼ਾਦੇ ਨਾਲ ਵਿਆਹ ਕਰਵਾਉਣ ਲਈ ਪਰੀਆਂ ਵਾਲੇ ਕੱਪੜੇ ਅਤੇ ਖੰਭ ਉਤਾਰ ਦਿੱਤੇ, ਇਨਸਾਨਾਂ ਵਾਲੇ ਕੱਪੜੇ ਪਹਿਨ ਲਏ। ਹੁਣ ਉਸ ਵਿੱਚ ਪਹਿਲਾਂ ਵਾਲੀ ਉੱਡਣ ਵਾਲੀ ਸ਼ਕਤੀ ਨਹੀਂ ਸੀ ਰਹੀ। ਹੰਸ ਉਹਨਾਂ ਦੋਹਾਂ ਨੂੰ ਬਿਠਾ ਕੇ ਉੱਡ ਨਹੀਂ ਸਕਦਾ ਸੀ। ਉਹ ਦੋਵੇਂ ਬੇੜੀ ਵਿੱਚ ਬੈਠ ਕੇ ਸਮੁੰਦਰ ਦੇ ਰਸਤੇ ਮੀਰਜ਼ਾਦੇ ਦੇ ਦੇਸ਼ ਵੱਲ ਚੱਲ ਪਏ। ਹੰਸ ਵੀ ਉਹਨਾਂ ਦੇ ਨਾਲ ਹੀ ਸੀ। ਚਲਦਿਆਂ ਚਲਦਿਆਂ ਕੁਝ ਦਿਨ ਬੀਤ ਗਏ। ਇੱਕ ਦਿਨ ਬੜਾ ਭਿਆਨਕ ਤੂਫਾਨ ਆਇਆ। ਇਸ ਵਿੱਚ ਉਹਨਾਂ ਦੀ ਬੇੜੀ ਡੁੱਬ ਗਈ ਅਤੇ ਉਹ ਤਿੰਨੇ ਰੁੜਦੇ ਹੋਏ ਦੂਰ ਚਲੇ ਗਏ ਅਤੇ ਇੱਕ ਦੂਜੇ ਤੋਂ ਵਿਛੜ ਗਏ। ਸਬਜ਼ ਪਰੀ ਇੱਕ ਸ਼ਹਿਰ ਜਾ ਪਹੁੰਚੀ ਅਤੇ ਮੀਰਜ਼ਾਦਾ ਕਿਸੇ ਦੂਜੇ ਸ਼ਹਿਰ। ਹੰਸ ਉਸ ਸਮੁੰਦਰ ਦੇ ਦੂਜੇ ਕੰਢੇ 'ਤੇ ਪਹੁੰਚ ਗਿਆ। ਤਿੰਨੇ ਇੱਕ ਦੂਜੇ ਤੋਂ ਵਿਛੜ ਕੇ ਬੜੇ ਉਦਾਸ ਹੋਏ। ਹੰਸ ਨੇ ਉਹਨਾਂ ਦੋਹਾਂ ਨੂੰ ਲੱਭਣ ਦਾ ਨਿਸ਼ਚਾ ਕੀਤਾ। ਉੱਧਰ ਜਦੋਂ ਲੋਕਾਂ ਨੇ ਸਬਜ਼ ਪਰੀ ਨੂੰ ਵੇਖਿਆ ਤਾਂ ਉੱਥੋਂ ਦੇ ਰਾਜੇ ਨੂੰ ਉਸ ਦੀ ਸੁੰਦਰਤਾ ਬਾਰੇ ਜਾ ਦੱਸਿਆ। ਰਾਜੇ ਨੇ ਜਦੋਂ ਸਬਜ਼ ਪਰੀ ਨੂੰ ਵੇਖਿਆ ਤਾਂ ਉਹ ਉਸ ਉੱਤੇ ਮੋਹਿਤ ਹੋ ਗਿਆ ਅਤੇ ਉਸ ਨੂੰ ਆਪਣੇ ਮਹਿਲਾਂ ਵਿੱਚ ਲੈ ਗਿਆ। ਉਸਨੇ ਸਬਜ਼ ਪਰੀ ਨੂੰ ਆਪਣੇ ਨਾਲ ਵਿਆਹ ਕਰਵਾਉਣ ਲਈ ਕਿਹਾ। ਸਬਜ਼ ਪਰੀ ਨੇ ਕਿਹਾ ਕਿ ਉਹ ਤਾਂ ਪਹਿਲਾਂ ਵਿਆਹੀ ਹੋਈ ਹੈ। ਰਾਜੇ ਨੇ ਕਿਹਾ ਕਿ ਉਸਦਾ ਪਤੀ ਤਾਂ ਮਰ ਚੁੱਕਾ ਹੈ। ਸਬਜ਼ ਪਰੀ ਨੇ ਕਿਹਾ ਕਿ ਉਸਦਾ ਮਨ ਇਸ ਗੱਲ ਨੂੰ ਨਹੀਂ ਮੰਨਦਾ।
फिर भी उसने व्याह बारे हाँ करन लई राजे कोलो एक साल दी मुहलत मांग लई। तद राजे ने सब्ज परी नू एक वक्री महल विच रहन दी आग्या दे दित्ती अते नौकरां चाकरां नू कह दित्ता कि वो सब्ज परी दा हर हुक्म मनन। सब्ज परी ने सोच सोच के अपने पति अते हंस नू लभण लई एक तरतीब सोची। उसने अपने महल के छत उत्ते पंछियों लई भांत भांत के चोगे खिलार दिते अते नाल ही सुचे मोतियां दी ढेरी ला दिती। अजिहा करके वह पहला हंस नू लभना चाहते सी। उसनू पता सी कि हंस सुचे मोती खा के भुख मिटाउंदा है। इसलिए एक दिन वह उत्ते चोगा चुगण जरूर आवेगा। हर रोज भांत भांत के पंछी आते तो चोगा चुग के चले जाते। पंछियों ने चोगे की खबर दूर दूर तक फैला दी। इस तरह चोगे लिए दूर दूर तो पंछी आने लगे। एक दिन हंस भुखा भाणा सुचे मोतियों की तलाश कर रहा सी कि उधरों पंछियों की एक डार लंघे। पंछियों ने हंस नूं दस्या कि एक थां ते बहुत सारे सुचे मोती पए हन। तद हंस उन्हां नाल उड़ के सब्ज परी दे महल आ गया। उसने बड़े चाह नाल सुचे मोती चुगे। अचानक सब्ज परी की नज़र हंस ते पई। हंस अते सब्ज परी ने एक दूसरे नूं पछाण लिया। दोवें एक दूजे नूं मिल के बड़े खुश होए। हुण उह मीरजादे नूं लभणा चाहुंदे सन। हंस हर रोज सवेरे मीरजादे नूं लभण लई उड़दा अते दूर दूर तक जांदा, पर उसनूं निराश होके परतना पैंदा। उधर मीरजादा एक पठियारन दे घर जा पुज्जा। उसके कपड़े फट गए सन। उस कोल खाण नूं कुछ नहीं सी। उसने पठियारे नूं कहा, माई तू मैनूं कुछ खाण नूं दे दिया कर, मैं तैनूं जंगल विच्चों बालण लई लकड़ां लिया दिया करांगा। पठियारन नूं उसते बड़ा तरस आया। उसने मीरजादे नूं खाण लई रोटी दित्ती। मीरजादा सब्ज परी तो बिना अपने देश नहीं सी जाना चाहुंदा, इसलिए वह उत्थे ही रह गया। एक दिन वह जंगल विच लकड़ां कट रहा सी। उस उधरों हंस भी मीरजादे की भाल लई जंगल जंगल पिंड पिंड उड़ रहा सी। हंस ने मीरजादे नूं वेख्या। भावें मीरजादा बहुत लिस्सा हो गया सी, पर हंस ने उसनूं पछाण लिया। मीरजादे ने भी हंस नूं पछाण लिया। हंस ने मीरजादे नूं सब्ज परी दी विथ्या सुनाई। मीरजादा हंस दे खंभां उत्ते बैठ के सब्ज परी कोल पुज्जा। दोवें मिल के बड़े खुश होए। मीरजादा अते सब्ज परी हंस की मदद नाल रात नूं राजे तो चोरी महलां विच्चों निकल आए। अपने शहर दे नेड़े पहुँच के मीरजादे ने हंस नूं विदा कर दिता। मीरजादे ने अपने प्यो नूं सुनेहा भेजा कि वह सब्ज परी व्याह के लै आया है, उसके स्वागत का प्रबंध किया जाए। वह दोवें उत्थे एक बाग विच आराम करन लग पए। सब्ज परी नूं प्यास लगी। वह बाग विचले खूह ते पानी पीण गई। उत्थे एक मालण रहिंदी सी। मालण बड़ी चलाक सी। उसने सब्ज परी नूं पुछया कि वह कौन है। सब्ज परी ने जदों उसनूं दस्या कि वह मीरजादे की पत्नी है, तो मालण ने उसे वेले एक साजिश सोची। उसने सब्ज परी नूं कहा, तू बेफिक्र होके नहा तो लै, इधर कोई नहीं आऊगा। जदों सब्ज परी नहाउण लई तां मालण ने उसनूं खूह विच धक्का दे दिता। सब्ज परी पानी विच गोते खाण लगी। मालण ने उसके कपड़े पहन लए अते उहदे वांग ही हार शिंगार करके बाग विच मीरजादे कोल आ गई। जदों मीरजादे ने उसके चेहरे वल वेख्या तां हैरान होके पुछण लगा, तैनूं की हो गया, तेरा रंग रूप क्यों बदल गया है। मालण ने रोंदिया होया कहा, मैनूं सप्प ने डंग मार दिता है, शायद उसके जहर नाल ही मेरा रंग काला हो गया है। कुछ समय पिछों आपे ठीक हो जाएगा, कोई गल नहीं। मीरजादे नूं कुछ समझ ना पई। कुछ देर बाद मीरजादे का पिता वाजिया गाजिया नाल अपने पुत्र अते नूं नूं लैण आ गया। लोग सब्ज परी बनी मालण दे कपड़िया वल वेख के वाह वाह करते रहे, पर मीरजादा उदास हो गया सी। उसनूं सब्ज परी का कोई चा नहीं सी रहा। इस तरह दिन बीतते गए। एक दिन मीरजादा उस बाग के खूह नेड़े घूम रहा सी, जिथे मालण ने सब्ज परी नूं खूह विच धक्का दे दिता सी। मीरजादे नूं उत्थे एक सप्प नज़र आया। मीरजादे ने समझा कि वह सप्प है जिसने सब्ज परी नूं डंगया सी। सप्प तेजी नाल खूह वल चला गया।
ਮਿਰਜ਼ਾਦਾ ਜਦੋਂ ਖੂਹ ਕੋਲ ਪੁੱਜਾ ਤਾਂ ਉਸ ਨੂੰ ਖੂਹ ਵਿੱਚ ਇੱਕ ਬੜਾ ਸੁੰਦਰ ਫੁੱਲ ਨਜ਼ਰ ਆਇਆ। ਜਦੋਂ ਮਿਰਜ਼ਾਦੇ ਨੇ ਫੁੱਲ ਤੋੜਨ ਲਈ ਹੱਥ ਵਧਾਇਆ ਤਾਂ ਫੁੱਲ ਨੀਵਾ ਹੋ ਗਿਆ। ਮਿਰਜ਼ਾਦਾ ਹਾਰ ਕੇ ਜਦੋਂ ਵਾਪਸ ਜਾਣ ਲੱਗਾ ਤਾਂ ਫੁੱਲ ਆਪਣੇ ਆਪ ਹੀ ਉਸਦੇ ਹੱਥਾਂ ਵਿੱਚ ਆ ਗਿਆ। ਮਿਰਜ਼ਾਦਾ ਫੁੱਲ ਲੈ ਕੇ ਆਪਣੇ ਮਹਿਲਾਂ ਵਿੱਚ ਗਿਆ। ਜਦੋਂ ਮਾਲਣ ਨੇ ਇਹ ਅਲੌਕਿਕ ਫੁੱਲ ਵੇਖਿਆ ਤਾਂ ਸਮਝ ਗਈ ਕਿ ਇਹ ਸਬਜ਼ ਪਰੀ ਦਾ ਹੀ ਕੌਤਕ ਹੈ। ਉਹ ਉਸ ਵੇਲੇ ਸਿਰ ਫੜ ਕੇ ਬਹਿ ਗਈ ਅਤੇ ਲੱਗੀ ਜ਼ਾਰ ਜ਼ਾਰ ਰੋਣ। ਮਿਰਜ਼ਾਦੇ ਦੇ ਪੁੱਛਣ 'ਤੇ ਕਹਿਣ ਲੱਗੀ, ਇਸ ਫੁੱਲ ਨੂੰ ਵੇਖ ਕੇ ਮੇਰੇ ਸਿਰ ਵਿੱਚ ਬਹੁਤ ਪੀੜ ਹੋਣ ਲੱਗ ਪਈ ਹੈ। ਇਹ ਫੁੱਲ ਨਹਿਸ਼ ਹੈ, ਇਸ ਫੁੱਲ ਨੂੰ ਤੋੜ ਮਰੋੜ ਕੇ ਦੂਰ ਜੰਗਲ ਵਿੱਚ ਸੁਟਾਓ। ਮਿਰਜ਼ਾਦੇ ਨੇ ਉਵੇਂ ਹੀ ਕੀਤਾ। ਕੁਝ ਦਿਨ ਬਾਅਦ ਮਿਰਜ਼ਾਦਾ ਸ਼ਿਕਾਰ ਖੇਡਦਾ ਖੇਡਦਾ ਜੰਗਲ ਦੇ ਉਸ ਪਾਸੇ ਚਲਾ ਗਿਆ ਜਿੱਥੇ ਉਸਨੇ ਫੁੱਲ ਤੋਂ ਤਰੋੜ ਮਰੋੜ ਕੇ ਸੁੱਟ ਦਿੱਤਾ ਸੀ। ਉਸਨੇ ਵੇਖਿਆ ਕਿ ਉਸ ਥਾਂ 'ਤੇ ਫੁੱਲਾਂ ਦਾ ਬੜਾ ਸੁੰਦਰ ਬਗੀਚਾ ਬਣਿਆ ਹੋਇਆ ਸੀ। ਉਹ ਉੱਥੇ ਥੋੜ੍ਹੀ ਦੇਰ ਹੀ ਬੈਠਾ ਸੀ ਕਿ ਉਹਦੀ ਅੱਖ ਲੱਗ ਗਈ। ਅਚਾਨਕ ਉਸਦੇ ਕੰਨਾਂ ਵਿੱਚ ਨੱਚਣ ਗਾਉਣ ਦੀ ਆਵਾਜ਼ ਆਈ। ਉਹ ਉਸ ਆਵਾਜ਼ ਵਾਲੇ ਪਾਸੇ ਗਿਆ। ਕੀ ਵੇਖਦਾ ਹੈ ਕਿ ਉੱਥੇ ਬਹੁਤ ਸਾਰੀਆਂ ਪਰੀਆਂ ਨੱਚ ਰਹੀਆਂ ਸਨ। ਜਦੋਂ ਪਰੀਆਂ ਨੱਚ ਕੇ ਉੱਡਣ ਲੱਗੀਆਂ ਤਾਂ ਇੱਕ ਪਰੀ ਨੇ ਕਿਹਾ, ਸਖੀਓ, ਜਾਣ ਤੋਂ ਪਹਿਲਾਂ ਮੇਰੀ ਇੱਕ ਨਸੀਹਤ ਲੈ ਜਾਇਓ, ਕਦੀ ਵੀ ਆਦਮ ਜ਼ਾਤ 'ਤੇ ਭਰੋਸਾ ਨਾ ਕਰਿਓ, ਇਹਨਾਂ ਨਾਲ ਕਦੇ ਪਿਆਰ ਨਾ ਪਾਉਣਾ, ਇਹ ਬੜੇ ਧੋਖੇਬਾਜ਼ ਹੁੰਦੇ ਹਨ। ਮਿਰਜ਼ਾਦੇ ਨੇ ਆਵਾਜ਼ ਪਛਾਣ ਲਈ, ਇਹ ਤਾਂ ਸਬਜ਼ ਪਰੀ ਸੀ। ਉਹ ਦੌੜ ਕੇ ਉਸ ਕੋਲ ਗਿਆ ਅਤੇ ਕਹਿਣ ਲੱਗਾ, ਤੂੰ ਇੱਥੇ ਹੈ ਤਾਂ ਮੇਰੇ ਕੋਲ ਕੌਣ ਰਹਿ ਰਿਹਾ ਹੈ? ਸਬਜ਼ ਪਰੀ ਕਹਿਣ ਲੱਗੀ, ਮੈਂ ਤੇਰੇ ਪਿੱਛੇ ਆਪਣਾ ਦੇਸ ਅਤੇ ਸੁੱਖ ਚੈਨ ਛੱਡਿਆ, ਪਰ ਤੂੰ ਮਾਲਣ ਅਤੇ ਸਬਜ਼ ਪਰੀ ਵਿੱਚ ਫਰਕ ਹੀ ਨਹੀਂ ਸਮਝ ਸਕਿਆ। ਮੈਂ ਫੁੱਲ ਬਣ ਕੇ ਤੇਰੇ ਕੋਲ ਆਈ, ਪਰ ਤੂੰ ਮੈਨੂੰ ਤੋੜ ਮਰੋੜ ਕੇ ਬਾਹਰ ਸੁੱਟ ਦਿੱਤਾ। ਇਹ ਕਹਿੰਦਿਆਂ ਸਬਜ਼ ਪਰੀ ਆਪਣੀ ਦੁੱਖ ਭਰੀ ਸਾਰੀ ਕਹਾਣੀ ਸੁਣਾਈ। ਮਿਰਜ਼ਾਦੇ ਨੂੰ ਬੜਾ ਗੁੱਸਾ ਚੜਿਆ। ਉਹ ਉਸੇ ਵੇਲੇ ਸਬਜ਼ ਪਰੀ ਨੂੰ ਮਹਿਲਾਂ ਵਿੱਚ ਲੈ ਆਇਆ। ਮਾਲਣ ਨੂੰ ਉਸਨੇ ਘਰੋਂ ਬਾਹਰ ਕੱਢ ਦਿੱਤਾ। ਫਿਰ ਉਹ ਸਬਜ਼ ਪਰੀ ਨਾਲ ਖੁਸ਼ੀ ਖੁਸ਼ੀ ਰਹਿਣ ਲੱਗਾ। ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ। ਸੋ ਗਾਈਸ, ਇਸ ਕਾਰਡ ਨੂੰ ਸੁਣਿਆ, ਮੈਂ ਤੁਹਾਨੂੰ ਸਾਰ ਵੀ ਦਿਖਾ ਦਿੰਦਾ ਅਤੇ ਕੁਸ਼ਚਨ ਆਨਸਰ ਜਿਹੜੇ ਆਪਣੇ ਰਹਿ ਗਏ ਉਹ ਵੀ ਜਲਦੀ ਤੋਂ ਜਲਦੀ ਤੁਹਾਨੂੰ ਕਰਾ ਦਿੰਦੇ ਹਾਂ, ਠੀਕ ਆ? ਚਲੋ ਮੈਂ ਕੁਸ਼ਚਨ ਆਨਸਰ 'ਤੇ ਜਲਦੀ ਤੋਂ ਜਲਦੀ ਜਾਂਦੇ ਹਾਂ, ਫਿਰ ਉਹ ਤੋਂ ਬਾਅਦ ਮੈਂ ਤੁਹਾਨੂੰ ਦਿਖਾ ਦਿੰਦਾ ਵਾਪਸ ਦਾ ਕੁਸ਼ਚਨ ਆਨਸਰ ਕਰਾਂਗਾ। ਪਹਿਲਾ ਕੁਸ਼ਚਨ ਸਾਰ ਹੀ ਸੀ, ਮੈਂ ਤੁਹਾਨੂੰ ਸਮਰੀ ਸੁਣਾ ਦਿੱਤਾ ਉਹਦੇ 'ਚੋਂ ਸਿੰਪਲ ਜਿਹਾ ਸਾਰ ਆ, ਉਸ ਤੋਂ ਬਾਅਦ ਤੁਸੀਂ ਜਿਹੜਾ ਸਾਰ ਲਿਖਣਾ ਵਿੱਚ ਤੁਸੀਂ ਦਿਖਾ ਦਿੰਦੇ, ਉਹ ਤੋਂ ਬਾਅਦ ਆਪਸ ਦਾ ਕੁਸ਼ਚਨ ਆਨਸਰ ਪੜਾਂਗੇ। ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਤੇ ਤੁਸੀਂ ਸਾਰ ਨੋਟ ਕਰ ਲਓ, ਇਹਨੂੰ ਰੋਕ ਕੇ ਜੇ ਕਰਨਾ ਹੋਵੇ ਤਾਂ। ਬਾਕੀ ਜਿੱਦਾਂ ਮੈਂ ਤੁਹਾਨੂੰ ਕੁਸ਼ਚਨ ਵੀ ਸੁਣਾ ਦਿੱਤਾ ਤਾਂ ਉਹਦੇ ਵਿੱਚੋਂ ਵੀ ਤੁਸੀਂ ਲਿਖ ਸਕਦੇ ਹੋ, ਸਮਝ ਆ ਜਾਵੇ ਕੁਸ਼ਚਨ ਬਸ ਇੱਕ ਵਾਰੀ ਤਾਂ ਸਾਰਾ ਕੁਸ਼ਚਨ ਆਪਾਂ ਨੂੰ ਈਜ਼ੀਲੀ ਸਮਝ ਆ ਜਾਂਦਾ। ਆਪਾਂ ਨੂੰ ਸ਼ਬਦ ਪਾਰੀ ਦਾ ਵੀ ਪਤਾ ਲੱਗਾ ਅਤੇ ਆਪਾਂ ਜਿਹੜਾ ਕੱਲ੍ਹ ਸੀ ਨੀਲਕਮਲ ਉਹ ਵੀ ਤੁਹਾਨੂੰ ਕਰਾ ਦਿੱਤਾ ਹੋਇਆ, ਓਲਡ ਜੇਕਰ ਨਹੀਂ ਦੇਖਿਆ ਤੁਸੀਂ ਜਾ ਕੇ ਦੇਖ ਸਕਦੇ ਹੋ ਨੀਲਕਮਲ, ਠੀਕ ਹੈ? ਅਤੇ ਬਾਕੀ ਵੀ ਪਲੇ ਲਿਸਟ ਆਪਾਂ ਲਿੰਕ ਮਿਲ ਜੂਗਾ ਡਿਸਕ੍ਰਿਪਸ਼ਨ ਵਿੱਚ, ਅਤੇ ਤੁਸੀਂ ਉੱਥੋਂ ਵੀ ਜਾ ਕੇ ਕਰ ਸਕਦੇ ਹੋ ਲੋਕਡਾਊਨ। ਬਾਕੀ ਵੀ ਜਿਹੜੇ ਵੀ ਕੋਈ ਵੀ ਪੰਜਾਬੀ ਦਾ ਪਾਠ ਕਰਨਾ ਹੋਵੇ, ਠੀਕ ਹੈ? ਉਸ ਤੋਂ ਬਾਅਦ ਕਰਦੇ ਹਾਂ ਕੁਸ਼ਚਨ ਸੈਕਿੰਡ ਤੋਂ। ਸੈਕਿੰਡ ਕੁਸ਼ਚਨ ਹੈ ਆਪਣਾ, ਮਿਰਜ਼ਾਦਾ ਪਰੀਆਂ ਦੇ ਦੇਸ਼ ਕਿਵੇਂ ਪਹੁੰਚਿਆ? ਸੋ ਉੱਤਰ ਸਿੰਪਲ ਜਿਹਾ, ਮਿਰਜ਼ਾਦਾ ਹੰਸ ਉੱਤੇ ਚੜ ਗਿਆ, ਉਹ ਕਈ ਦਿਨ ਸਮੁੰਦਰਾਂ ਦੇ ਪਹਾੜਾਂ 'ਤੇ ਉੱਡਦੇ ਰਹੇ, ਅੰਤ ਹੰਸ ਨੇ ਮਿਰਜ਼ਾਦੇ ਨੂੰ ਪਰੀਆਂ ਦੇ ਦੇਸ਼ ਵਿੱਚ ਪਹੁੰਚਾ ਦਿੱਤਾ, ਠੀਕ ਆ? ਨੈਕਸਟ ਹੈ ਮਿਰਜ਼ਾਦੇ ਤੋਂ ਤੀਜਾ ਕੁਸ਼ਚਨ ਆਪਣਾ, ਮਿਰਜ਼ਾਦੇ ਦੇ ਤੋਂ ਬਿਸ਼ਰੰਤ ਕੇ ਸ਼ਬਦ ਪਰੀ ਉਸ ਨੂੰ ਕਿਸ ਤਰ੍ਹਾਂ ਮੁੜ ਲੱਭਿਆ? ਸੋ ਉੱਤਰ ਵੀ ਸਿੰਪਲ ਜਿਹਾ, ਮਿਰਜ਼ਾਦਾ ਸ਼ਬਦ ਪਰੀ ਅਤੇ ਹੰਸ ਜਦੋਂ ਬੇੜੀ ਵਿੱਚ ਬੈਠ ਕੇ ਸਮੁੰਦਰ ਦੇ ਰਸਤੇ ਆਪਣੇ ਦੇਸ਼ ਨੂੰ ਆ ਰਿਹਾ ਸੀ ਤਾਂ ਰਸਤੇ ਵਿੱਚ ਭਿਆਨਕ ਤੂਫਾਨ ਕਾਰਨ ਉਹਨਾਂ ਦੀ ਬੇੜੀ ਉਲਟ ਗਈ, ਫਲਸਰੂਪ ਤਿੰਨੋਂ ਇੱਕ ਦੂਜੇ ਤੋਂ ਵਿਛੜ ਗਏ। ਮਿਰਜ਼ਾਦਾ ਇੱਕ ਦੇਸ਼ ਪੁੱਜਾ, ਸ਼ਬਦ ਪਰੀ ਦੂਜੇ ਦੇਸ਼ ਪੁੱਜਾ ਅਤੇ ਹੰਸ ਇੱਕ ਹੋਰ ਕੰਢੇ 'ਤੇ ਉੱਪਰ ਜਾਮ ਸਮੁੰਦਰ ਦੇ ਕੰਢੇ 'ਤੇ ਜਾ ਪੁੱਜਿਆ। ਸ਼ਬਦ ਪਰੀ ਦੇ ਸੁੰਦਰਤਾ ਦੀ ਖਬਰ ਉਸ ਸ਼ਹਿਰ ਦੇ ਰਾਜੇ ਨੂੰ ਮਿਲੀ ਅਤੇ ਉਹ ਉਸ ਨਾਲ ਵਿਆਹ ਕਰਾਉਣ ਲਈ ਆਪਣੇ ਮਹਿਲਾਂ ਵਿੱਚ ਲੈ ਆਇਆ। ਸ਼ਬਦ ਪਰੀ ਨੇ ਉਸ ਨੂੰ ਇਹ ਦੱਸ ਕੇ ਕਿ ਉਹ ਪਹਿਲਾਂ ਹੀ ਵਿਆਹੀ ਹੋਈ ਆ, ਪਰ ਇੱਕ ਸਾਲ ਦੀ ਮੁਹਲਤ ਲੈ ਲਈ। ਸ਼ਬਦ ਪਰੀ ਨੇ ਰਾਜੇ ਤੋਂ ਇੱਕ ਸਾਲ ਦੀ ਮੁਹਲਤ ਲੈ ਲਈ। ਉਸ ਨੇ ਹੰਸ ਅਤੇ ਮਿਰਜ਼ਾਦੇ ਨੂੰ ਲੱਭਣ ਲਈ ਮਹਿਲ ਉੱਤੇ ਪੰਛੀਆਂ ਦਾ ਚੋਗਾ ਖਿਲਾਰ ਦਿੱਤਾ ਅਤੇ ਇੱਕ ਢੇਰੀ ਸੁੱਚੇ ਮੋਤੀ ਵੀ ਪਾ ਸੁੱਚੇ ਮੋਚੇ ਵੀ ਉੱਥੇ ਪਾ ਦਿੰਦੇ ਸੀ, ਠੀਕ ਹੈ? ਉੱਪਰ ਉੱਧਰ ਹੰਸ ਵੀ ਮਿਰਜ਼ਾਦੇ ਅਤੇ ਸ਼ਬਦ ਪਰੀ ਨੂੰ ਲੱਭਣ ਲਈ ਉੱਡਦਾ ਫਿਰਦਾ ਸੀ। ਭੁੱਖਣ ਪਾਣਾ ਸੀ। ਕੁਝ ਪੰਛੀਆਂ ਤੋਂ ਸੁੱਚੇ ਮੋਤੀ ਦੀ ਖਬਰ ਪਾ ਕੇ ਉਹ ਰਾਜੇ ਦੇ ਮਹਿਲਾਂ ਉੱਪਰ ਪੁੱਜਾ ਜਿੱਥੇ ਸ਼ਬਦ ਪਰੀ ਰਹਿ ਰਹੀ ਸੀ।
हंस ने मोती खाधे इत्थे ही सबद परी ने उस नूं पछाण लिया। फिर उस दी इच्छा अनुसार हंस पठियाण लई जंगलां विच लकड़ां कटदे मिर्जादे नूं लभ के ते अपने उपर बिठा के सबद परी को लै आया। इस तरह सबद परी मिर्जादे तो बिछड़ के उस नूं मुड़ लभ गया। सिंपल जिहा आंसर भी मिलता जुलता ही है। सो तुम ज़्यादा लगता नहीं मैनू करांदा सी, क्योंकि दूजा क्वेश्चन तो सिक्स क्वेश्चन सेम ही है। सो भी तुम नोट डाउन कर लेना, उतो तो सेम आंसर ही है।